भाई रणजीत सिंह जी, तुसी हरजीत सिंह भुल्लर जी की गल का जवाब देना चाहते सी, पर मेरा भी एक थोड़े तो सवाल है कि जो ज्ञानी गुरमुख सिंह जी ने बंद कमरा मीटिंगां ते सवाल चुकया, सर ये कोई प्रक्रिया हैगी है बंद कमरा दे विच मीटिंग करना या कोई रवायत है की चीज़ है, मैं थोड़े तो समझना चाहना। देखो असीं भी अकाल तख्त से सेवा निभाई आ, अकाल तख्त साहब ते जदों किसी नूं तलब किया जाता उस समय उन्हों लोकां दे सामने पबलिक दे सामने सुनिया जा सकता जी, और उस तो जवाब तलबी भी ली जा सकती है। लेकिन जिहड़ा गुरमता हुंदा है, जिहड़ा पंज सिंघ साहिबान बणाउंदे आ, जिन्हां ते आम सहमति बड़ी जरूरी हुंदी आ, जिन्हां ते आम सहमति ना बणदी सूरत विच मीटिंग पोस्टपोन हुंदी आ, ਉਹ ਆਮ ਸਹਿਮਤੀ ਬੰਦ ਕਮਰੇ 'ਚ ਹੀ ਹੁੰਦੀ ਹੈ ਜੀ 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 ਉਹ ਬੰਦ ਕਮਰੇ 'ਚ ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਸਿਧਾਂਤ ਪਰਦੇ 'ਚ ਹੁੰਦਾ ਹੈ ਅਤੇ ਉਹ ਰਾਜਗਾਰ ਹੁੰਦੇ ਨੇ ਇੱਕ ਦੂਸਰੇ ਦੇ। ਜਿਹੜਾ ਗੁਰਮਤਾ ਬਣਾਉਣਾ ਫੈਸਲਾ ਲਿਖਣਾ ਹੈ ਉਹ ਬੰਦ ਕਮਰੇ 'ਚ, ਜਿਹੜੀ ਸੁਣਵਾਈ ਹੋਣੀ ਕਿਸੇ ਮਸਲੇ 'ਤੇ ਉਹ ਓਪਨ ਹੋਣੀ ਚਾਹੀਦੀ ਹੈ ਜੀ ਜੀ। ਠੀਕ ਹੈ ਸਰ, ਸੋ ਤੁਸੀਂ ਕਹਿ ਰਹੇ ਹੋ ਕਿ ਗੁਰਮਤਾ ਹੁੰਦਾ, ਤੁਸੀਂ ਪੂਰੀ ਪ੍ਰਕਿਰਿਆ। ਹੁਣ ਮੈਂ ਜਵਾਬ ਦੇਵਾਂ ਜੀ ਆਪਣਾ। ਜੀ 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 ਜ਼ਰੂਰ ਜ਼ਰੂਰ। ਹਾਂ ਦੇਖੋ ਮਈ 2016 'ਚ ਬਿੱਲ ਪਾਸ ਹੋਇਆ ਲੋਕ ਸਭਾ 'ਚ ਕਿ ਸਹਿਜਧਾਰੀ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ, ਇਹ ਅਸੀਂ ਵਾਪਸ ਲੈ ਰਹੇ ਹਾਂ ਜੀ। 2016 'ਚ ਇਹ ਫੈਸਲਾ ਹੋਇਆ, ਇਹ ਬਿੱਲ ਪਾਸ ਹੋਇਆ, ਉਸ ਤੋਂ ਬਾਅਦ ਰਾਸ਼ਟਰਪਤੀ ਦੇ ਸਾਈਨ ਹੋਏ, ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਇਹ 3 ਤੋਂ ਲਾਗੂ ਹੋਊਗਾ 2003 ਤੋਂ। ਇਹ ਕਦੀ ਸੁਣਿਆ ਕਦੀ ਲੋਕ ਸਭਾ ਦੇ ਫੈਸਲੇ ਇਸ ਤਰ੍ਹਾਂ ਦੇ ਹੋਣ? ਇਹ ਭਾਜਪਾ ਦੀ ਸਪੋਰਟ ਨਹੀਂ ਅਕਾਲੀ ਦਲ ਨੂੰ ਜੀ। ਹਾਈ ਕੋਰਟ ਨੇ ਇਹ ਰੱਦ ਕੀਤੀ, ਕਮੇਟੀ ਜਿਹੜੀ ਅੱਜ ਤੁਸੀਂ ਸਰਵਾਈਵ ਕੀਤੀ ਹੋਈ ਆ ਜੀ, ਹਾਈ ਕੋਰਟ ਨੇ ਰੱਦ ਕੀਤੀ, ਸੁਪਰੀਮ ਕੋਰਟ ਨੇ ਉਹਦਾ ਸਟੇ ਨਹੀਂ ਦਿੱਤਾ। ਫਿਰ ਜਿਹੜਾ ਇਹ ਫੈਸਲਾ ਹੋਣ ਤੋਂ ਬਾਅਦ ਸੁਪਰੀਮ ਕੋਰਟ ਦੀ ਕੋਈ ਪ੍ਰਤੀਕਿਰਿਆ ਨਹੀਂ। ਸੁਪਰੀਮ ਕੋਰਟ ਨੇ ਖਾਸ ਕਰਕੇ ਇਹ ਕਿਹਾ ਕਿ ਇਹਦਾ ਸਾਡੀ ਸਟੇਟਮੈਂਟ ਦੇ ਨਾਲ, ਸਾਡੀ ਜੱਜਮੈਂਟ ਦੇ ਨਾਲ ਨਜਾਇਜ਼ ਫਾਇਦਾ ਨਾ ਲਿਆ ਜਾਏ ਇਹਨੂੰ ਨਵੇਂ ਸਿਰੋਂ ਰਿਵਿਊ ਕਰਨ ਸਮੇਂ। ਅੱਜ ਸਿਰਫ ਅਤੇ ਸਿਰਫ ਹੋਮ ਸੈਕਟਰੀ ਵੱਲੋਂ, ਹੋਮ ਮਿਨਿਸਟਰੀ ਵੱਲੋਂ ਬਾਦਲ ਨੂੰ ਇਜਾਜ਼ਤ ਦਿੱਤੀ ਗਈ ਕਿ ਇਸ ਹਾਊਸ ਨੂੰ ਨਵੇਂ ਸਿਰੋਂ ਸਰਵਾਈਵ ਕਰ ਲਓ। ਉਸ ਤੋਂ ਇਹ ਭਾਜਪਾ ਦੀ ਦਖਲਦਾਜੀ ਨਹੀਂ। ਉਸ ਤੋਂ ਬਾਅਦ ਅੱਜ ਹਾਈ ਕੋਰਟ ਫਿਰ ਹੋਮ ਸੈਕਟਰੀ ਨੂੰ, ਹੋਮ ਮਿਨਿਸਟਰੀ ਨੂੰ ਨੋਟਿਸ ਦੇ ਰਿਹਾ ਕਿ ਕਿਉਂ ਨਾ ਇਹ ਇਲੈਕਸ਼ਨ ਕਿਉਂ ਨਹੀਂ ਕਰਵਾਏ ਗਏ, ਟਰਮ ਨਿਕਲ ਚੁੱਕੀ ਆ। ਅਗਰ ਸੁਪਰੀਮ ਕੋਰਟ ਦਾ ਇਹ ਹੁਕਮ ਹੁੰਦਾ ਤਾਂ ਹਾਈ ਕੋਰਟ ਇਹ ਆਦੇਸ਼ ਦੇ ਸਕਦਾ ਹੋਮ ਮਿਨਿਸਟਰੀ ਨੂੰ? ਇਹ ਭਾਜਪਾ ਦੀ ਦਖਲਦਾਜੀ ਨਹੀਂ। ਠੀਕ ਹੈ ਸਰ, ਠੀਕ ਹੈ ਸਰ, ਤੁਸੀਂ ਇਹ ਦਖਲਦਾਜੀ ਹੁੰਦੀ ਆ। ਲੇਕਿਨ ਕਿਤੇ ਕਿਤੇ ਦਾਨਸ਼ਵਰ ਬੰਦੇ ਵੀ ਮੈਂ ਦੇਖੇ ਨੇ। ਅਡਵਾਨੀ ਜੀ ਨੇ ਇੱਕ ਦਫ਼ਾ ਦਿੱਲੀ ਕਮੇਟੀ ਦੇ ਵਿੱਚ ਜਦੋਂ ਇਹ ਬਾਦਲ ਲੈਣ ਗਿਆ ਸੀ ਸਪੋਰਟ, ਅਡਵਾਨੀ ਜੀ ਨੇ ਸਾਫ਼ ਮਨਾ ਕੀਤਾ ਸੀ ਕਿ ਇੱਕ ਵੋਟ ਦੇ ਉੱਤੇ ਸਾਡੀ ਸਰਕਾਰ ਗਿਣਗੀ 99 ਦੇ ਵਿੱਚ, ਤੁਹਾਡੀ ਇੱਕ ਕਮੇਟੀ ਨਹੀਂ ਜਾ ਸਕਦੀ ਇੱਕ ਬੰਦੇ 'ਤੇ, ਅਤੇ ਅਸੀਂ ਦਖਲਦਾਜੀ ਨਹੀਂ ਦਿਆਂਗੇ। ਇਹੋ ਜਿਹੇ ਆਦਰਸ਼ਵਾਦੀ ਬੰਦੇ ਸੀਗੇ ਭਾਜਪਾ 'ਚ। ਲੇਕਿਨ ਅੱਜ ਅਸੀਂ ਦੇਖ ਰਹੇ ਹਾਂ ਕਿ ਇਹ ਨਹੀਂ ਹੋ ਰਿਹਾ, ਸਾਨੂੰ ਇਹ ਸਪੋਰਟ ਨਹੀਂ ਮਿਲ ਰਹੀ, ਇਹ ਨਿਊਟਰਲ ਨਹੀਂ ਹੋ ਰਿਹਾ। ਠੀਕ ਹੈ ਸਰ, ਠੀਕ ਹੈ। ਸੋ ਤੁਸੀਂ ਕਾਫੀ ਸਾਰੇ ਸਵਾਲ ਚੁੱਕੇ ਨੇ, ਤੁਸੀਂ ਕਈ ਤੱਥ ਵੀ ਸਾਹਮਣੇ ਰੱਖੇ ਨੇ। ਕਾਂਗਰਸ ਵੱਲੋਂ ਲਾਲੀ ਮਜੀਠੀਆ ਜੀ ਸਾਡੇ ਨਾਲ ਜੁੜੇ ਨੇ। ਲਾਲੀ ਮਜੀਠੀਆ ਜੀ, ਕਿ ਇੱਕ ਗਿਆਨੀ ਗੁਰਮੁਖ ਸਿੰਘ ਜੀ ਨੇ ਹੋਰ ਗੱਲ ਵੀ ਕਹੀ ਕਿ ਸਿੱਖ ਪੰਥ ਇਸ ਵੇਲੇ ਚੱਕਰ ਵਿਊ ਦੇ ਵਿੱਚ ਫਸਿਆ ਹੋਇਆ, ਤੁਹਾਨੂੰ ਕੀ ਲੱਗਦਾ ਉਹ ਕਿਹੜਾ ਚੱਕਰ ਵਿਊ ਹੈ ਅਤੇ ਕਿਸ ਤਰ੍ਹਾਂ ਦੇ ਨਾਲ ਜੋ ਹੈ ਸਿੱਖ ਪੰਥ ਉਸ ਚੱਕਰ ਵਿਊ ਤੋਂ ਬਾਹਰ ਆ ਸਕਦਾ ਹੈ? ਦੇਖੋ, ਇੱਕ ਸਭ ਤੋਂ ਵੱਡੀ ਗੱਲ ਜਿਹੜੀ ਕਹੀ ਆ ਜਥੇਦਾਰ ਸਾਹਿਬ ਨੇ, ਮੈਂ ਉਹਦੇ 'ਚ ਹੋਰ ਥੋੜ੍ਹਾ ਐਡ ਕਰਨਾ ਚਾਹਾਂਗਾ, ਕਿਉਂਕਿ ਇਸ ਨੂੰ ਮੈਂ ਐਕਟ ਨੂੰ ਬਹੁਤ ਚੰਗੀ ਜੋ ਕੁਛ ਹੋਇਆ ਇਹ ਜਿਹੜਾ ਪਰਟੀਕੁਲਰ ਕੇਸ, ਇਹਨੂੰ ਮੈਂ ਧਿਆਨ ਨਾਲ ਪੜਿਆ ਜੀ। ਦੇਖੋ, ਉਹਨਾਂ ਨੇ ਜਿਹੜਾ ਮਾਨਯੋਗ ਐਪੈਕਸ ਕੋਰਟ ਆ ਸਾਡੇ ਭਾਰਤ ਦਾ, ਸੁਪਰੀਮ ਕੋਰਟ ਆਫ ਇੰਡੀਆ, ਉਹਨੂੰ ਇਹਨਾਂ ਨੇ ਮਿਸਰੀਪ੍ਰਜੈਂਟ ਕੀਤਾ। ਇੱਥੇ ਐਕਟ ਦੀ ਜਿਹੜੀ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਕਿ ਜਿਹੜਾ ਜਨਰਲ ਹਾਊਸ ਆ ਉਹਦੀ ਟਰਮ ਜਾਂ 5 ਸਾਲ ਜਾਂ ਜਦੋਂ ਤੱਕ ਨਵਾਂ ਹਾਊਸ ਨਹੀਂ ਚੁਣਿਆ ਜਾਂਦਾ। ਜਿਹੜੀ ਜਥੇਦਾਰ ਸਾਹਿਬ ਨੇ ਗੱਲ ਕੀਤੀ ਕਿ ਉਹਨੂੰ ਜਾਣ ਬੁੱਝ ਕੇ ਵਧਾਇਆ ਜਾ ਰਿਹਾ ਜੀ, 2011 ਦੇ ਵਿੱਚ ਜਿਹੜੀ 16 ਦਸੰਬਰ ਨੂੰ ਮੀਟਿੰਗ ਹੋਈ ਆ ਇਸ ਹਾਊਸ ਦੀ ਪਹਿਲੀ, ਵੈਸੇ ਵੀ ਇਸ ਦਸੰਬਰ 16 ਦੇ ਵਿੱਚ 11 'ਚ ਮੀਟਿੰਗ ਹੋਈ, 16 'ਚ ਇਹਨਾਂ ਦੀ ਟਰਮ ਪੂਰੀ ਹੋ ਚੁੱਕੀ ਹੈ। ਬਿਲਕੁਲ ਇਹਨਾਂ ਸਹੀ ਕਿਹਾ ਕਿ ਇੱਥੇ ਭਾਰਤੀ ਜਨਤਾ ਪਾਰਟੀ ਔਰ ਜਿੰਝ ਕਹਿ ਲਓ ਕਿ RSS ਉਹ ਇਹਨਾਂ ਦੀ ਸਪੋਰਟ 'ਤੇ ਆ ਕਿ ਇੱਥੇ ਇਲੈਕਸ਼ਨ ਦੁਬਾਰਾ ਨਾ ਹੋ ਜਾਵੇ, ਕਿਉਂਕਿ ਅੱਜ ਜੇ ਇਲੈਕਸ਼ਨ ਹੁੰਦਾ ਤਾਂ ਇਹ ਇਸੇ ਤਰ੍ਹਾਂ ਵਾਈਪ ਆਊਟ ਹੋਣੇ ਆ ਜਿਵੇਂ ਕਾਂਗਰਸ ਦੇ ਇਹਨਾਂ ਨੂੰ ਅੱਗੇ ਇਲੈਕਸ਼ਨ ਦੇ ਵਿੱਚ ਕੀਤਾ। ਔਰ ਇਹਦਾ ਤੁਸੀਂ ਕਿਹਾ ਇਹਦਾ ਹੱਲ ਕੀ ਆ,
ਇਹਦੇ ਚ ਕੋਈ ਦੋ ਰਾਏ ਨਹੀਂ। ਜਸਦਾਰ ਸਾਹਿਬ ਨੇ ਸਹੀ ਕਿਹਾ ਕਿ ਚੱਕਰ ਵੀ ਉਹਦੇ ਵਿੱਚ ਫਸੀ ਹੈ ਇਸ ਵੇਲੇ ਜਿਹੜੀ ਸਿੱਖ ਕਮਿਊਨਿਟੀ, ਔਰ ਉਹਦਾ ਇੱਕੋ ਹੀ ਤਰੀਕਾ ਕਿ ਸਾਨੂੰ ਦੂਸਰੀ ਲੜਾਈ ਲੜਨੀ ਪੈਣੀ ਹੈ ਗੁਰਧਾਮਾਂ ਦੀ ਆਜ਼ਾਦੀ ਦੇ ਲਈ। ਜਿਵੇਂ ਉਸ ਵੇਲੇ ਮਸੰਦਾਂ ਕੋਲੋਂ ਜਿਹੜੀ ਐਸ ਜੀ ਪੀ ਸੀ ਉਦੋਂ ਆਈ ਹੋਂਦ ਦੇ ਵਿੱਚ ਗੁਰਦੁਆਰੇ ਗੁਰਧਾਮ ਜਿਹੜੇ ਸਾਡੇ ਅਸੀਂ ਉਦੋਂ ਆਜ਼ਾਦ ਕਰਵਾਏ, ਅੱਜ ਇਹ ਜਿਹੜੇ ਮਾਡਰਨ ਮਸੰਦ ਨੇ ਬਾਦਲ ਕਾ ਪਰਿਵਾਰ ਔਰ ਇਹਨਾਂ ਦੇ ਰਿਸ਼ਤੇਦਾਰ, ਇਹਨਾਂ ਦੇ ਕੋਲੋਂ ਸਾਨੂੰ ਦੂਸਰੀ ਲੜਾਈ ਲੜਨੀ ਪੈਣੀ ਆ। ਇੱਥੇ ਸਾਰੇ ਸਟੇਕ ਹੋਲਡਰ ਜਿਹੜੇ ਨੇ ਉਹ ਜਿਹੜੇ ਸਾਡੇ ਸਿੰਘ ਸਾਹਿਬਾਨ ਆ, ਜਿਹੜਾ ਉਹ ਗੁਰਮਤਾ ਆ, ਜਿਹੜਾ ਹੁਕਮਨਾਮਾ ਗਿਆਨੀ ਜਗਿੰਦਰ ਸਿੰਘ ਵਿਦਾਂਤੀ ਹੋਣਾ ਵਾਲਾ, ਉਹਦੇ ਚ ਸਾਰੇ ਸਟੇਕ ਹੋਲਡਰ ਦੀ ਇਨਵੋਲਵਮੈਂਟ ਕਰਕੇ ਸਾਨੂੰ ਇਹਨਾਂ ਦੀਆਂ ਨਿਯੁਕਤੀਆਂ ਦੀ ਕੋਈ ਵਿਧੀ ਵਿਧਾਨ ਬਣਾਉਣਾ ਪੈਣਾ, ਕਾਰਜ ਖੇਤਰ ਬਣਾਉਣੇ ਪੈਣੇ ਆ। ਔਰ ਤੀਸਰੀ ਗੱਲ ਇਹ ਕਿ ਜਦੋਂ ਇੱਕ ਵਾਰੀ ਬਣ ਜਾਣ ਸਾਰੇ ਸਟੇਕ ਹੋਲਡਰ ਤੇ ਇਹਨਾਂ ਨੂੰ ਬਣਾ ਦੇਣ, ਤੇ ਇਹਦੀ ਇੰਪੀਚਮੈਂਟ ਵਰਗੀ ਸਿਚੁਏਸ਼ਨ ਹੋਣੀ ਚਾਹੀਦੀ ਆ ਕਿ ਜਿੱਥੇ ਜਿੱਥੇ ਗੁਰੂ ਪੰਥ ਗੁਰੂ ਸ਼ਬਦ ਨਾਲ ਜੁੜੇ ਲੋਕ ਦੁਨੀਆਂ ਦੇ ਕਿਸੇ ਵੀ ਕੋਨੇ ਚ ਬੈਠੇ ਨੇ, ਉਹਨਾਂ ਦੀ ਮੈਜੋਰਿਟੀ ਦੇ ਨਾਲ ਇਹਨੂੰ ਰੱਦ ਕੀਤਾ ਜਾ ਸਕੇ। ਇਹ ਨਾ ਹੋਵੇ ਕਿ ਗਿੱਦੜ ਪਰਵਾਨਾ ਦਿਨ ਚੜ੍ਹਦੇ ਨੂੰ ਮਿਲ ਜੇ, ਜੇ ਗਿਆਨੀ ਆਨੰਦ ਸਿੰਘ ਜੀ ਵਿਰੁੱਧ ਬੋਲੇ ਬਲਵੰਤ ਸਿੰਘ ਆਨੰਦਪੁਰ ਤੇ ਉਹ ਚਲੇ ਗਏ, ਜੇ ਗੁਰਮੁਖ ਸਿੰਘ ਜੀ ਬੋਲੇ ਉਹ ਚਲੇ ਗਏ। ਸੋ ਇਹ ਕੁਛ ਨਾ ਕੁਛ ਗੱਲਾਂ ਸਾਨੂੰ ਜਿਹੜੀਆਂ ਉਹ ਕਰਨੀਆਂ ਪੈਣਗੀਆਂ। ਠੀਕ ਹੈ, ਠੀਕ ਹੈ ਜੀ, ਮੈਂ ਬਾਕੀ ਮਹਿਮਾਨਾਂ ਤੋਂ ਜਵਾਬ ਲੈ ਲਾਂ। ਆਮ ਆਦਮੀ ਪਾਰਟੀ ਵੱਲੋਂ ਪਰਮਲ ਸਿੰਘ ਜੁੜੇ ਹੋਏ ਨੇ। ਪਰਮਲ ਸਿੰਘ ਜੀ, ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿ ਆਖਰ ਕਿਹੜੇ ਉਹ ਸੁਧਾਰਵਾਦੀ ਕਦਮ ਚੁੱਕਣੇ ਪੈਣਗੇ ਜਿਸ ਦੇ ਨਾਲ ਜੋ ਇਹ ਸਾਰਾ ਵੀ ਜੋ ਦੁਚਿੱਤੀ ਵਾਲੇ ਹਾਲਾਤ ਨੇ ਜਾਂ ਜੋ ਵੀ ਇਹ ਸਾਹਮਣੇ ਆਉਂਦਾ ਜਿਸ ਦੇ ਨਾਲ ਪੰਥ ਨੂੰ ਕੋਈ ਮੁਸ਼ਕਲਾਂ ਦਰਪੇਸ਼ ਆਉਂਦੀਆਂ ਨੇ, ਦੁਚਿੱਤੀ ਵਾਲੇ ਹਾਲਾਤ ਬਣ ਜਾਂਦੇ, ਉਹ ਕਿਵੇਂ ਕਲੀਅਰ ਹੋਵੇਗਾ? ਬਿਲਕੁਲ ਜੀ, ਇਹ ਬੈਠ ਕੇ ਇਹ ਸਾਰੇ ਹੀ ਖਾਲਸਾ ਪੰਥ ਨੂੰ ਬੈਠਣ ਦੀ ਲੋੜ ਹੈ, ਇਹਦੇ 'ਤੇ ਵਿਚਾਰ ਚਰਚਾ ਕਰਨ ਦੀ ਲੋੜ ਆ। ਕਿਉਂਕਿ ਜਿਹੜੀ ਇਹ ਅਕਾਲ ਤਖਤ ਦੀ ਜਿਹੜੀ ਸਥਾਪਨਾ ਹੋਈ ਸੀਗੀ, ਗੁਰੂ ਸਾਹਿਬ ਨੇ ਛੇਵੇਂ ਪਾਤਸ਼ਾਹ ਨੇ ਜਿਹੜੀ ਇਹ ਕੀਤੀ ਸੀਗੀ, ਉਹ ਇਸੇ ਲਈ ਕਰੀ ਸੀ ਕਿ ਵੀ ਜਦੋਂ ਵੀ ਕੋਈ ਪੰਥ 'ਤੇ ਕੋਈ ਭੀੜ ਪਵੇ, ਦੁਵਿਧਾ ਪਵੇ, ਤਾਂ ਉਹ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਜਿਹੜਾ ਉਸ ਸਮੱਸਿਆ ਦਾ ਜਿਹੜਾ ਉਹ ਹੱਲ ਕੱਢ ਸਕਣ। ਸੋ ਇਸੇ ਲਈ ਜਿਹੜੀ ਅਕਾਲ ਤਖਤ ਦੀ ਜਿਹੜੀ ਸਥਾਪਨਾ ਹੋਈ ਸੀ। ਸੋ ਅੱਜ ਫਿਰ ਜਿਹੜੀ ਸਾਨੂੰ ਸਾਰੇ ਖਾਲਸਾ ਪੰਥ ਨੂੰ, ਸਾਰੇ ਸਿੱਖ ਭਾਈਚਾਰੇ ਨੂੰ ਜਿਹੜਾ ਹੈ ਇਕੱਠੇ ਹੋ ਕੇ ਵਿਚਾਰਨ ਦੀ ਲੋੜ ਆ। ਸੋ ਬੁੱਧੀਜੀਵੀ ਬਹੁਤ ਸਾਡੇ ਸੂਝਵਾਨ ਸਾਡੇ ਬੁੱਧੀਜੀਵੀ ਨੇਗੇ, ਸੋ ਉਹਨਾਂ ਨੂੰ ਸਾਰਿਆਂ ਨੂੰ ਬੈਠ ਕੇ ਵਿਚਾਰ ਕਰਨ ਦੀ ਲੋੜ ਆ। ਕੋਈ ਰਸਤਾ ਜਿਹੜਾ ਉਹ ਕੱਢਿਆ ਜਾਣਾ ਚਾਹੀਦਾ ਕਿ ਤਾਂ ਕਿ ਜਿਹੜੇ ਇਹ ਪਿਓ ਪੁੱਤ ਨੇ ਜਿਹੜਾ ਇਹ ਕਬਜ਼ਾ ਕਰਿਆ ਹੋਇਆ ਐਸ ਜੀ ਪੀ ਦੇ ਸ਼੍ਰੋਮਣੀ ਕਮੇਟੀ 'ਤੇ, ਸੋ ਇਹਨਾਂ ਦੇ ਕਬਜ਼ੇ ਤੋਂ ਹਟਾਉਣ ਲਈ ਸਾਨੂੰ ਸਾਰਿਆਂ ਨੂੰ ਜਿਹੜੇ ਆਪਸੀ ਮਤਭੇਦ ਦੂਰ ਕਰਕੇ, ਪਾਰਟੀਬਾਜ਼ੀ ਤੋਂ ਦੂਰ ਹੋ ਕੇ ਜਿਹੜਾ ਇਹ ਇਕੱਠੇ ਬੈਠ ਕੇ ਵਿਚਾਰ ਕਰਕੇ ਇਹਨਾਂ ਤੋਂ ਜਿਹੜਾ ਛੁਡਾਉਣ ਦੀ ਲੋੜ ਹੈ ਸਰ, ਕਿਉਂਕਿ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਗਾ। ਸੋ ਹੁਣ ਹੋਰ ਨੁਕਸਾਨ ਨਾ ਹੋਵੇ ਤਾਂ ਸੋ ਹੁਣ ਸਮਾਂ ਗਾ ਸਮੇਂ ਨੂੰ ਜਿਹੜਾ ਉਹ ਸਾਹਮਣਾ। ਠੀਕ ਹੈ, ਠੀਕ ਹੈ। ਸੋ ਤੁਸੀਂ ਕਹਿ ਰਹੇ ਹੋ ਕਿ ਸਮੇਂ ਨੂੰ ਸਾਹਮਣਾ ਹੋਏਗਾ। ਪ੍ਰੋਫੈਸਰ ਮਹਿੰਦਰਪਾਲ ਜੀ, ਤੁਸੀਂ ਕੁਝ ਕਹਿਣਾ ਚਾਹ ਰਹੇ ਸੀ ਕਾਫੀ ਦੇਰ। ਹਾਂਜੀ ਹਾਂ, ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਤੱਕ ਕਿਸੇ ਵੀ ਮਰਜ਼ ਦੀ ਜੜ੍ਹ ਨਾ ਫੜੀ ਜਾਵੇ, ਓਨੀ ਦੇਰ ਤੱਕ ਸਮੱਸਿਆ ਦੇ ਹੱਲ ਹੋਣ ਬਾਰੇ ਆਪਾਂ ਸੋਚ ਨਹੀਂ ਸਕਦੇ ਹਾਂ। ਮੈਂ ਇੱਕ ਦੋ ਉਦਾਹਰਨਾਂ ਦੇਵਾਂਗਾ ਕਿਉਂਕਿ ਸਮਾਂ ਘੱਟ ਹੈ, ਮੈਨੂੰ ਸ਼ਾਇਦ ਦੁਬਾਰਾ ਵਾਰੀ ਨਾ ਆਵੇ। ਸਭ ਤੋਂ ਜ਼ਿਆਦਾ ਜਿਹੜਾ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਤਸ਼ੱਦਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿੰਧ ਹੈ, ਪਿਛਲੇ ਸਰਬੱਤ ਖਾਲਸਾ ਤੋਂ ਲੈ ਕਰਕੇ ਆ 2016 ਵਾਲੇ ਸਰਬੱਤ ਖਾਲਸਾ ਤੱਕ 13 ਮਹੀਨੇ ਸਾਡੇ 'ਚੋਂ ਕੋਈ ਵੀ ਮੁੱਖ ਮੈਂਬਰ ਜਿਹੜਾ ਉਹ ਆਪਣੇ ਘਰ ਨਹੀਂ ਸੌ ਸਕਿਆ। ਪਰ ਜੜ੍ਹ ਰੂਪ ਦੇ ਵਿੱਚ ਜਿਵੇਂ ਇਹਨਾਂ ਨੇ ਇੱਕ ਧਾਰਨਾ ਬਣਾ ਲਈ ਹੈ ਬਾਦਲਾਂ ਨੇ ਕਿ ਜੇਕਰ ਅਸੀਂ ਦੋਸ਼ੀ ਪਾਏ ਵੀ ਜਾਵਾਂਗੇ ਤਾਂ ਵੱਧ ਤੋਂ ਵੱਧ ਸਾਨੂੰ ਭਾਂਡੇ ਮਾਂਜਣ ਦੀ ਜਿਹੜੀ ਹੈ ਉਹ ਸੇਵਾ ਲੱਗ ਜਾਊਗੀ। ਇਹ ਇੱਕ ਬਹੁਤ ਹੀ ਜ਼ਿਆਦਾ ਯੋਜਨਾਬੱਧ ਤਰੀਕੇ ਦੇ ਨਾਲ ਸਿੱਖਾਂ ਦੀ ਵਿਰਾਸਤ ਦੇ ਨਾਲ ਧੱਕਾ ਹੋ ਰਿਹਾ ਹੈ। ਜਿਵੇਂ ਕਿ ਪਹਿਲਾਂ ਸ਼ਸ਼ੀ ਕਾਂਤ ਜੀ ਨੇ, ਡੀ ਜੀ ਪੀ ਸਾਬਕਾ ਨੇ ਇੱਕ ਸਵਾਲ ਉਠਾਇਆ ਕਿ ਜ਼ੋਰ ਸਿਰਸੇ ਵਾਲੇ ਨੇ ਪਹਿਰਾਵਾ ਪਾਇਆ ਜਾਂ ਜੋ ਵੀ ਉਹਨੇ ਕੁਕਰਮ ਕੀਤਾ ਹੈ ਜੀ, ਉਹ ਸਾਰਾ ਸੁਖਬੀਰ ਬਾਦਲ ਦੀ ਕੋਠੀ ਦੇ ਵਿੱਚ 9 ਸੈਕਟਰ ਦੇ ਵਿੱਚ ਤੈਅ ਹੋਇਆ। ਉਹਦਾ ਕੋਈ ਨੋਟਿਸ ਨਹੀਂ ਲਿਆ ਗਿਆ, ਨਾ ਕਿਸੇ ਬਾਦਲ ਨੇ ਲਿਆ, ਨਾ ਕਿਸੇ ਹੋਰ ਨੇ ਲਿਆ। ਉਹ ਤੋਂ ਬਾਅਦ ਜਦੋਂ ਮਲੂਕੇ ਨੇ ਅਰਦਾਸ ਦੀ ਬੇਅਦਬੀ ਕਰਵਾਈ, ਉਹ ਮੈਂ ਸਮਝਦਾ ਆਪਣੇ ਤੌਰ 'ਤੇ ਸਿਰਸੇ ਵਾਲੇ ਸਾਹਿਬ ਤੋਂ ਜ਼ਿਆਦਾ ਵੱਡਾ ਗੁਨਾਹ ਸੀ ਜੀ। ਅਤੇ ਉਹ ਬੜਾ, ਕਿਉਂਕਿ ਉਹ ਸਿੱਖਾਂ ਦੇ ਘਰ ਜੰਮਿਆ ਅਤੇ ਸਿੱਖਾਂ ਘਰ ਵੱਡਾ ਹੋਇਆ, ਅਕਾਲੀ ਦਲ ਦਾ ਲੀਡਰ ਸੀ, ਉਹਨੂੰ ਪਤਾ ਸੀ ਕਿ ਅਰਦਾਸ ਦਾ ਦੀ ਬੇਰਹਿਮਤੀ ਹੋ ਰਹੀ ਹੈ, ਸਿੱਖਾਂ ਵਿੱਚ ਅਰਦਾਸ ਦਾ ਕੀ ਮਹੱਤਵ ਹੈ। ਉਹਨੂੰ ਵੀ ਕੇਵਲ ਪੈਸਿਆਂ ਦੇ ਉੱਤੇ 82,000 ਦੀ ਤਨਖਾਹ ਲਾ ਕੇ ਅਤੇ ਉਹਨੂੰ ਮਤਲਬ ਕਹਿਣ ਤੋਂ ਭਾਂਡੇ ਮਾਂਜ ਕੇ ਖਤਮ ਕਰਤਾ ਗਿਆ। ਫਿਰ ਇਹਨਾਂ ਨੇ ਜਿਹੜਾ ਸਿਰਸਾ ਵਾਲਿਆਂ ਦੇ ਡੇਰੇ ਜਾ ਕੇ ਵੋਟਾਂ ਮੰਗੀਆਂ ਜਾਂ ਸਿਰਸੇ ਵਾਲਿਆਂ ਦੀ ਸਪੋਰਟ ਕੀਤੀ, ਕੀ ਉਹਦੇ ਵਿੱਚ ਬਾਦਲ ਅਤੇ ਸੁਖਬੀਰ ਅਤੇ ਪ੍ਰਕਾਸ਼ ਸਿੰਘ ਨਹੀਂ ਆਉਣੇ ਚਾਹੀਦੇ? ਕਿਉਂਕਿ ਉਸ ਪਾਰਟੀ ਨੇ ਐਕਸੈਪਟ ਕੀਤਾ। ਕਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਜਾਂ ਮਜੀਠੀਆ ਨੇ
कदों ना की है कि सानू इन्हां दी सपोर्ट की कोई लोड़ नहीं, क्योंकि 2007 दे उत्ते एक अकाल तख्त साहब का 17 मई तलवंडी साबो च हुक्मनामा जारी होया जिहदे विच इहनां नाल कोई सांझ नहीं रखनी। इहदा मतलब है उह सांझ रखण दा जिहड़ा दोष सुखबीर बादल प्रकाश बादल ते समुची पार्टी ते आउंदा है ਉਹ ਕਿਉਂ ਨਹੀਂ ਕੀਤਾ। ਇਸ ਕਰਕੇ ਇਹ ਚੀਜ਼ ਖਾਲਸਾ ਪੰਥ ਨੂੰ ਫੈਸਲਾ ਕਰਨਾ ਪਏਗਾ। ਭਾਈ ਰਣਜੀਤ ਸਿੰਘ ਜੀ ਬੈਠੇ ਨੇ, ਇਹ ਵੀ ਇੱਕ ਮੀਟਿੰਗ ਬੁਲਾਉਣ ਸਾਰੇ ਪੰਥ ਦੀ, ਹੋਰ ਵੀ ਅਸੀਂ ਕੋਸ਼ਿਸ਼ ਕਰੀਏ। ਇਹ ਫੈਸਲਾ ਇਹ ਕਰਨਾ ਪਊਗਾ ਕਿ ਜੇਕਰ ਪੋਲੀਟੀਕਲ ਲੋਕ ਇੱਕ ਯੋਜਨਾ ਬਣਾ ਕੇ ਸਾਰੇ ਸਿੱਖ ਸਿਧਾਂਤ ਨੂੰ ਆਪਣੀ ਵੋਟ ਰਾਜਨੀਤੀ ਲਈ ਵਰਤ ਕੇ ਕੇਵਲ ਇਹ ਸੋਚਣ ਤੇ ਆਪਣੇ ਕਮਰੇ 'ਚ ਬੈਠ ਕੇ ਹੱਸਣ ਕਿ ਸਾਨੂੰ ਕੀ ਹੋਣਾ, ਵੱਧ ਤੋਂ ਵੱਧ ਭਾਂਡੇ ਮਾਂਜਣੇ ਪੈਣੇ ਨੇ। ਉਹਨਾਂ ਨੂੰ ਇਹ ਗੱਲ ਸਪਸ਼ਟ ਕਰਨੀ ਪਏਗੀ ਕਿ ਇਹ ਯੋਜਨਾਬੱਧ ਕੁਕਰਮ ਸੀ, ਇਸ ਲਈ ਅਗਲੇ 10 ਸਾਲ ਲਈ ਤੁਸੀਂ ਕੋਈ ਇਲੈਕਸ਼ਨ ਨਹੀਂ ਲੜ ਸਕਦੇ। ਠੀਕ ਹੈ ਠੀਕ ਹੈ ਸਰ, ਇਹੋ ਜਿਹਾ ਕੋਈ ਜਿਹੜਾ ਸੋਲਿਡ ਤਰੀਕਾ ਹੈਗਾ ਉਹ ਅਪਣਾਏ ਬਿਨਾਂ ਤੁਸੀਂ ਕਹਿ ਰਹੇ ਹੋ ਕਿ ਕੋਈ ਪੁਖਤਾ ਪੁਖਤਾ ਹੱਲ ਲੱਭਣਾ ਪਏਗਾ, ਹੋਰ ਬਦਲ ਆ ਜਾਣਗੇ ਤੇ ਉਹ ਸਾਰੇ ਹੀ ਪੁਖਤਾ ਹੱਲ ਲੱਭਣਾ ਪਵੇਗਾ ਇਸ ਮੁਸ਼ਕਲ ਦਾ, ਤਾਂ ਕਿ ਅੱਗੇ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਜੋ ਮੁਸ਼ਕਲ ਹੈ ਪੰਥ ਦੇ ਸਾਹਮਣੇ ਨਾ ਆਵੇ, ਦੁਚਿੱਤੀ ਨਾ ਆਵੇ, ਕੋਈ ਅਜਿਹੇ ਹਾਲਾਤ ਨਾ ਆਵੇ। ਜਿਹੜਾ ਵਿਰਾਸਤ ਦਾ ਜਿਹੜਾ ਧਾਣ ਹੈ ਇਹ ਧਾਣ ਜਿਹੜਾ ਅੱਜ ਪ੍ਰਕਾਸ਼ ਸਿੰਘ ਬਾਦਲ ਹੁਣ ਕਹਿ ਰਹੇ ਨੇ, ਕੱਲ ਕੋਈ ਹੋਰ ਪ੍ਰਕਾਸ਼ ਸਿੰਘ ਆ ਜਾਣਾ ਬਰਦਾਸ਼ਤ ਕਰਦਾ ਰਿਹਾ। ਠੀਕ ਹੈ ਠੀਕ ਹੈ ਸਰ, ਹੁਣ ਕੋਈ ਕਦੇ ਕੋਈ ਹੋਰ। ਠੀਕ ਹੈ ਪ੍ਰੋਫੈਸਰ ਮਹਿੰਦਰਪਾਲ ਜੀ, ਤੁਸੀਂ ਆਪਣੀ ਗੱਲ ਰੱਖੀ ਸਰ। ਠੀਕ ਹੈ, ਹਰਜੀਤ ਭੁੱਲਰ ਜੀ, ਜਿਸ ਤਰ੍ਹਾਂ ਨਾਲ ਭਾਈ ਰਣਜੀਤ ਸਿੰਘ ਜੀ ਨੇ ਕਈ ਉਦਾਹਰਨਾਂ ਦਿੱਤੀਆਂ ਸਨ ਕਿ ਕਈ ਉਹਨਾਂ ਨੇ ਤੱਥ ਵੀ ਪੇਸ਼ ਕੀਤੇ ਕਿ ਇਸ ਤਰ੍ਹਾਂ ਹੁੰਦਾ ਰਿਹਾ ਵੈ, ਫਿਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਸਾਡੀ ਪਾਰਟੀ ਦੀ ਇਨਵੋਲਵਮੈਂਟ ਨਹੀਂ ਹੈ? ਦੇਖੋ, ਹੁਣੇ ਆ ਤਾਜ਼ੀ ਤਾਜ਼ੀ ਇਲੈਕਸ਼ਨ ਹੋ ਕੇ ਹਟੀ ਹੈ SCPC ਦੀ ਦਿੱਲੀ ਦੇ ਵਿੱਚ ਜੀ, ਔਰ ਦਿੱਲੀ ਦੇ ਵਿੱਚ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਸਪੋਰਟਡ ਲੋਕ ਉੱਥੇ ਜਿੱਤੇ ਨੇ ਜੀ। ਜੇਕਰ ਇੰਨੀ ਹੀ ਜ਼ਿਆਦਾ ਜਿਹੜੀ ਸੰਗਤ ਹੈ ਦੂਸਰੀਆਂ ਪਾਰਟੀਆਂ ਨਾਲ ਹੋਏ, ਭਾਵੇਂ ਸਿਮਰਨ ਸਿੰਘ ਮਾਨ ਉਹਨਾਂ ਦੀ ਪਾਰਟੀ ਹੈ, ਚਾਹੇ ਹੋਰ ਅਕਾਲੀ ਦਲ ਇੰਨੇ ਬਣੇ ਹੋਏ ਹੈ ਉਹ ਹੋਣ, ਜਾਂ ਆਮ ਆਦਮੀ ਪਾਰਟੀ ਆ ਗਈ ਹੈ, ਤਾਂ ਫਿਰ ਉੱਥੇ ਉਹ ਜਿੱਤੇ ਕਾਹਦੇ ਲਈ ਜੀ? ਕਿਉਂਕਿ ਇੱਥੋਂ ਇਹ ਸਾਬਤ ਹੁੰਦਾ ਹੈ ਕਿ ਜਿਹੜੀ ਸੰਗਤ ਹੈ ਤਾਦਾਦ ਦੇ ਵਿੱਚ, ਜਿਹੜੀ ਹੈ ਬਹੁਤ ਤਾਦਾਦ ਦੇ ਵਿੱਚ, ਉਹਨਾਂ ਨੂੰ ਸਪੋਰਟ ਕਰਦੀ ਹੈ, ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਸਪੋਰਟ ਕਰਕੇ ਅੱਗੇ ਲੈ ਕੇ ਆਉਂਦੀ ਹੈ। ਜੇਕਰ ਇਹਨਾਂ ਨੂੰ ਸਪੋਰਟ ਕਰਦੀ ਹੁੰਦੀ ਤਾਂ ਇਹ ਲੋਕ ਅੱਗੇ ਆਉਂਦੇ। SCPC ਦੇ ਅੱਜ ਤੱਕ ਇਹਨਾਂ ਦੀ ਕਬਜ਼ਾ ਹੁੰਦਾ, ਚਾਹੇ ਉਹ ਸਿਮਰਨ ਸਿੰਘ ਮਾਨ ਦੀ ਪਾਰਟੀ ਹੈ, ਚਾਹੇ ਉਹ ਅਦਰ ਪਾਰਟੀਜ਼ ਨੇ, ਕੋਈ ਵੀ ਉਹ ਤੇ ਕਾਬਜ਼ ਹੁੰਦੀ ਹੈ। ਠੀਕ ਹੈ ਠੀਕ ਹੈ ਸਰ, ਠੀਕ ਹੈ। ਮੈਂ ਗੱਲ ਇਹ ਹੈ ਕਿ ਸਿਰਫ ਇਹ ਕਹਿ ਦੇਣਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਸਿਰਫ ਅਕਾਲ ਤਖ਼ਤ ਨੂੰ, ਇਹ ਮੇਰੀ ਗੱਲ ਪੂਰੀ ਹੋ ਗਈ, ਵੀ ਆਪਰੇਟ ਕੀਤਾ ਹੈ ਜੀ। ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਦੀ ਵੀ ਰਹੀ, ਜੈਦਾਰ ਭਾਈ ਰਣਜੀਤ ਸਿੰਘ ਉਹਨਾਂ ਨੂੰ ਵੀ ਮੌਕਾ ਮਿਲਿਆ, ਮਾਨ ਸਾਹਿਬ ਉਹਨਾਂ ਨੂੰ ਵੀ ਮੌਕਾ ਮਿਲਿਆ। ਜਿਹੜੀਆਂ ਯਾਦਗਾਰਾਂ ਅੱਜ ਬਣਾਈਆਂ ਗਈਆਂ ਨੇ, ਚਾਹੇ ਉਹ ਸਰਦਾਰ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਹੈ, ਠੀਕ ਹੈ ਸਰ, ਠੀਕ, ਚਾਹੇ ਘੱਲੂਘਾਰਾ ਦੀ ਯਾਦਗਾਰ ਹੈ, ਜਾਂ ਅੱਜ ਦਿੱਲੀ ਦੇ ਗੇਟ ਦੇ ਉੱਤੇ ਜਿਹੜੀ ਯਾਦਗਾਰ ਬਣਾਈ ਗਈ ਹੈ ਉਹ ਤਾਂ ਇਹਨਾਂ ਨੇ ਬਣਾਈ ਹੈ। ਠੀਕ ਹੈ ਸਰ, ਠੀਕ ਹੈ। ਸੋ ਤੁਸੀਂ ਕਹਿ ਰਹੇ ਹੋ ਕਿ ਜੇ ਇਸ ਤਰ੍ਹਾਂ ਹੁੰਦਾ ਤੇ ਕਾਂਗਰਸ ਨੇ ਸਿਰਫ ਧਾਣ ਕੀਤਾ ਜੇ, ਚਾਹੇ ਉਹ, ਠੀਕ ਹੈ ਸਰ, ਤੁਸੀਂ ਕਾਫੀ ਵਾਜਬ ਸਵਾਲ ਚੁੱਕੇ ਨੇ ਕਿ ਆਖਰ ਜੋ ਪੰਥਕ ਜਥੇਬੰਦੀਆਂ ਸਵਾਲ ਚੁੱਕਦੀਆਂ ਨੇ ਉਹ ਜੋ ਕਿਲਾ ਹੈ ਜੋ ਕਹਿੰਦੀਆਂ ਨੇ ਕਿ ਉਹ ਕਿਉਂ ਨਹੀਂ ਇਲੈਕਸ਼ਨ ਜਿੱਤ ਸਕਦੇ, ਜੋਗਾ ਸਿੰਘ ਚੱਪੜ ਜੀ ਕੀ ਕਹਿਣਾ ਚਾਹੁੰਦੇ ਇਸ ਮੁੱਦੇ? ਦੇਖੋ ਗੁਰਪ੍ਰੀਤ ਜੀ, ਜਿਹੜੀ ਗੱਲ ਭੁੱਲਰ ਸਾਹਿਬ ਨੇ ਕਹੀ ਹੈ, ਕਹਿੰਦੇ ਦਿੱਲੀ 'ਚ ਅਸੀਂ ਕੋਈ ਦਖਲਦਾਜ਼ੀ ਨਹੀਂ ਕਰਦੇ। ਇੱਕ ਆਪਣੇ ਰਾਣੂ ਜੀ ਹੈ, ਰਾਣੂ ਜੀ ਉੱਥੇ ਜਿਹੜੇ ਇਲੈਕਸ਼ਨ ਲੜ ਰਹੇ ਹੁਣ MC ਦੀ, ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ, ਉਹ ਇਹਨਾਂ ਦੇ ਚੋਣ ਨਿਸ਼ਾਨ 'ਤੇ ਲੜ ਰਹੇ ਹੈ। ਮਨਜਿੰਦਰ ਸਿਰਸਾ ਜਿਹੜਾ MLA ਬਣਿਆ ਉਹ ਇਹਨਾਂ ਦੇ ਚੋਣ ਨਿਸ਼ਾਨ 'ਤੇ ਬਣਿਆ, ਉੱਥੇ ਤਾਂ ਸਿੱਧੀ ਦਖਲਦਾਜ਼ੀ ਇਹ ਆਪ ਕਰਦੇ ਰਹੇ। ਦੂਜੀ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਹੈ, ਆ ਜਦੋਂ ਹੁਣ ਜੇਤਲੀ ਜੀ ਦੇ ਕੋਲ ਕੈਨੇਡਾ ਦੇ ਰੱਖਿਆ ਮੰਤਰੀ ਗਏ ਤਾਂ ਜੇਤਲੀ ਜੀ ਨੇ ਹੋਰ ਕੋਈ ਗੱਲ ਨਹੀਂ ਕਰੀ। ਜੇਤਲੀ ਜੀ ਕਹਿੰਦੇ ਕਿ ਜਿਹੜੀ ਕੈਨੇਡਾ ਦੀ ਉਹਨੇ ਅਸੈਂਬਲੀ ਨੇ ਪਾਇਆ ਨਸ਼ਲਕੁਸ਼ੀ ਦਾ ਮਸਲਾ, ਇਹ ਤੁਸੀਂ ਕਿਉਂ ਪਾਇਆ? ਵਿਰੋਧ ਜੇਤਲੀ ਜੀ ਜਿਤਾ ਰਹੇ ਹੈ ਕਿ ਸਿੱਖਾਂ ਦੀ ਨਸ਼ਲਕੁਸ਼ੀ ਜੈਨੋਸਾਈਡ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪੰਚਾਇਤ ਸੀ ਸਿੱਖਾਂ ਦੀ, ਉਸ ਪੰਚਾਇਤ ਦੇ ਵਿੱਚ ਮਸਲੇ ਆਉਣੇ ਚਾਹੀਦੇ ਸੀ। ਲੇਕਿਨ ਅੱਜ ਜੇ ਮਸਲਾ ਆਇਆ, ਗਿਆਨੀ ਗੁਰਮੁਖ ਸਿੰਘ ਜੀ ਨੇ ਚਲੋ ਮਸਲਾ ਚੱਕਤਾ ਕਿ ਆਹ ਜਿਹੜੀ ਚਿੱਠੀ ਹੈ ਜੀ ਇਹਨਾਂ ਨੇ ਸਾਨੂੰ ਘਰੇ ਬੁਲਾਈ, ਤਾਂ ਅੱਜ ਕੌਣ ਬਾਦਲਾਂ ਨੂੰ ਤਲਬ ਕਰੇਗਾ? ਅੱਜ ਸਾਡੇ ਸਾਹਮਣੇ ਇਹ ਮਸਲਾ ਹੈ ਪੂਰੇ ਪੰਥ ਦੇ ਸਾਹਮਣੇ, ਔਰ ਮੈਂ ਵੀ ਤੁਹਾਡੇ ਇਸ ਚੈਨਲ ਦੇ ਮਾਧਿਅਮ ਦੇ ਜ਼ਰੀਏ ਪੂਰੀ ਕੌਮ ਨੂੰ ਬੇਨਤੀ ਕਰਦਾ ਕਿ ਜਿੰਨੀ ਦੇਰ ਗੁਰੂ ਘਰਾਂ ਨੂੰ ਇਹਨਾਂ ਬਾਦਲਾਂ ਤੋਂ ਆਪਾਂ ਆਜ਼ਾਦ ਨਹੀਂ ਕਰਾਉਂਦੇ, ਆਪਾਂ ਆਪਣੇ
गिले शिकवे भुला के कट्ठे हो के एक बारी श्रोमणी गुरुद्वारा प्रबंधक कमेटी नूं इस परिवार तो याद कराइए तो बाद आपां सच्चे सुचे जिहड़े जथेदार हैं वो नियुक्त कर सकते हैं। सो यही मैं सारी कौम नूं बेनती करदा हां। भाई रणजीत सिंह जी, जिस तरह ना भुल्लर साहब ने सवाल चुके ने, मेरा सवाल भी उही है कि तुसीं जिन्नियां भी सिख जथेबंदियां ने श्रोमणी अकाली दल बादल तो वक्ख हो के वो दावा करदियां ने कि उत्थे श्रोमणी अकाली दल बादल का कब्जा है, पर फिर इस तरह क्यों नहीं हुंदा? क्यों तुसीं संगत दे विच या सिखां दे विच अजिही अवेयरनैस नहीं फैला सकते कि वह पार्टी नुकसान कर रही है, असी पंथ नूं बचावांगे? वी आखर कित्थे कमी रह जांदी है? तुहाडी एकता दे विच कमी है सारियां जथेबंदियां दी किते ना किते? देखो देखो साडे विच कमियां होण, 20 वारी होण, पर गल सवाल जिहड़ा उह भाजपा दा दखलंदाजी दा जी जी, सवाल इह नहीं गा कि बादल जित गया कि असी जी जी जी। अज जिहड़ा दिल्ली दी तुसीं गल करदे हो, दिल्ली दे विच वी भाजपा ने पूरा साथ दित्ता। सरदार साहब बीजेपी ते हुण आई है, अज अगर असि नहीं गल ते सुन लो जी, मेरी गल सुन लो, एक श्रोमणी अकाली दल है जेड़ा बनिया पुरातन सिखा ने अपनी अकाल तख्त की अकाल तख्त की गुरु नानक के मिशन नो प्रफुल्लित करन ले जी, ओदे ते कब्जा कर लिया बादल ने। आज बादल ने साडे नाल जित के देखना है या लड़ के देखना है ते अकाली दल तो पासे होवे, अपनी पंजाबी पार्टी बनावे, फिर साडे नाल लड़े। एक अकाल तख्त ते कब्जा, एक कमेटी ते कब्जा, एक अकाली दल ते कब्जा, ते सानू इह कहे कि मेरे बराबर नहीं। दूसरी गल इह आ कि इह सारियां गल्लां जे तुसीं कहिंदे हो ते जदों सरना दे नाल मैं गठजोड़ बनाया ते दिल्ली दे विच यही बादल सी ने जिहनूं हराया सी जी, कौन कहिंदा नहीं हराया? सरना 10 साल राज करके गया, वो किहदे सिर ते करके गया? उदों कित्थे सी बादल, उदों कित्थे सी अडवाणी, उदों कित्थे सी तुहाडी सरकार पंजाब दी? इह लेकिन इहदे विच जे कमियां आ गईआं सरने दे विच, असीं इक दूसरे दे नाल तय नहीं कर पाए, चल नहीं पाए, ते इहदा मतलब बादल महान हो गया, उहनूं इह हक मिल गया कि अकाल तख्त नूं जिस तरह मर्जी मिसयूज करे? ठीक है, 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 ठीक है,
ਉਹ ਸੱਚੀ ਸੁੱਚੀ ਹੋ ਗਈ ਕਾਂਗਰਸ ਜਦੋਂ ਤੁਸੀਂ ਸਾਥ ਲੈ ਲਿਆ ਜਾ ਕੇ ਬਿਲਕੁਲ ਕਾਂਗਰਸ ਕੋਈ ਸੱਚੀ ਸੁੱਚੀ ਨਹੀਂ ਹੈ ਅਸੀਂ ਕਾਂਗਰਸ ਬੀਜੇਪੀ ਨੇ ਇਹ ਆਰਐਸ ਸੱਚੀ ਸੁੱਚੀ ਹੋ ਗਈ ਜਿਹਨੇ ਮਠਿਆਈਆਂ ਵੰਡੀਆਂ ਕੀਤਾ ਜਿਹਨੇ ਫੌਜੀਆਂ ਨੂੰ ਸ਼ਰਾਬ ਲਾਈ ਸਾਰੇ ਮਹਿਮਾਨਾਂ ਨੂੰ ਰੋਕਣਾ ਚਾਹਾਂਗਾ ਸਰ ਮਾਫੀ ਚਾਹਾਂਗਾ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ ਸਰ ਸਮਾਂ ਇਜਾਜ਼ਤ ਨਹੀਂ ਦਿੰਦਾ ਮੈਂ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਲਾਲੀ ਮਜੀਠੀਆ ਜੀ ਭਾਈ ਰਣਜੀਤ ਸਿੰਘ ਜੀ ਹਰਜੀਤ ਭੁੱਲਰ ਜੀ ਪਰਮਲ ਸਿੰਘ ਜੀ ਜੋਗਾ ਸਿੰਘ ਚੱਪੜ ਜੀ ਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਤੁਸੀਂ ਸਾਡੇ ਨਾਲ ਇਸ ਚਰਚਾ 'ਚ ਸ਼ਾਮਲ ਹੋਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਅਸੀਂ ਬੁਲਾਇਆ ਸੀਗਾ ਪਰ ਉਹ ਸਾਡੇ ਨਾਲ ਇਸ ਚਰਚਾ ਦੇ ਵਿੱਚ ਨਹੀਂ ਸ਼ਾਮਲ ਹੋਏ ਤੇ ਦਰਸ਼ਕਾਂ ਤੋਂ ਜੋ ਸਾਡਾ ਇਹਦਾ ਸਵਾਲ ਸੀਗਾ ਉਹ ਸੀਗਾ ਕਿ ਸ਼੍ਰੀ ਅਕਾਲ ਤਖਤ ਦੇ ਫੈਸਲਿਆਂ 'ਚ ਬਾਦਲ ਪਰਿਵਾਰ ਦਖਲ ਦਿੰਦਾ ਹੈ ਕਿ ਗਿਆਨੀ ਗੁਰਮੁਖ ਸਿੰਘ ਦਾ ਬਿਆਨ ਵਾਜਬ ਹੈ ਤੇ ਇਸ ਤੇ ਸਾਨੂੰ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਤੇ 99% ਦਰਸ਼ਕਾਂ ਨੇ ਆਪਣੀ ਰਾਏ ਹਾਂ ਵਿੱਚ ਭੇਜੀ ਮੁੱਦੇ ਕੀ ਬਾਤ ਵਿੱਚ ਅੱਜ ਦੇ ਲਈ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ।